स्टूडेंट होप यू बोथ आर गुड एज यूजुअल यस मैम वी आर इटेडी करा आज ਅਸੀਂ ਪੜਾਂਗੇ ਇਕੁਐਲਿਟੀ 올 ਰਿਲੀਜੀਅਸ ਆਰ ਇਕੁਅਲ ਮਹਿਰਜੋਤ ਮਹੀਰਜੋਤ ਤੁਹਾਨੂੰ ਅਟਰ ਰਿਲੀਜੀਅਸ ਬਾਰੇ ਬਹੁਤ ਕੁਝ ਪਤਾ ਹੋਣਾ ਹੈ ਮੈਨੂੰ ਤਾਂ ਰਿਲੀਜੀਅਸ ਦੀ ਸਮਝ ਤੁਹਾਡੇ ਤੋਂ ਹੀ ਆਣੀ ਸ਼ੁਰੂ ਹੋਈ ਹੈ मैम ਜਿਹੜੇ ਸਾਡੇ ਬੀਜੀ ਨੇ ਨਾ ਬੀਜੀ ਉਹਨਾਂ ਨੇ ਸਾਡੇ ਕਾਲ ਲਈ ਕੁਝ ਰੂਲਸ ਬਣਾਏ ਨੇ ਤੇ ਉਹਨਾਂ ਰੂਲਸ ਨੇ ਸਾਨੂੰ ਲਾਈਫ ਸਟਾਈਲ ਸਿਖਾਤਾ ਫਰਕ ਐ ਯੇ ਕਿ ਤੁਹਾਡੇ ਬੀਜੀ ਨੇ ਰੂਲਸ ਹੀ ਨਹੀਂ ਬਣਾਏ ਬੀਜੀ ਮੇਰੇ ਮम्मा ਤਾਂ ਬੀਜਣਾ ਰਹਿਣਾ ਹੀ ਨਹੀਂ ਪਸੰਦ ਕਰਦੇ ਚਲੋ ਖੈਰ ਕੋਈ ਗੱਲ ਨਹੀਂ ਮੈਨੂੰ ਤਾਂ ਸਿੱਖ ਚੰਗੇ ਵੀ ਨਹੀਂ ਲੱਗਦੇ ਕਿਉਂ ਸਿੱਖਾਂ ਦੀਆਂ ਪਰਵੀਆਂ ਪਰਵੀਆਂ ਦਾੜੀਆਂ ਮੁੱਛਾਂ ਤੇ ਪੱਗਾਂ ਤੇ ਲੰਮੇ ਲੰਮੇ ਵਾਲ ਤੇ ਉਹਨਾਂ ਦੇ ਇਫੈਕਟਿਵ ਗੱਲ ਕਰਨ ਦਾ ਤਰੀਕਾ ਬੜੇ ਹੀ ਡਾਡੇ ਤੇ ਰੂੜ ਜਿਹਾ ਸੁਭਾਅ ਦੇ ਲੱਗਦੇ ਆ ਸਿੱਖ। ਮੈਮ ਤੁਸੀਂ ਤਾਂ ਸ਼ੇਰਾ ਦੀ ਪਿੱਕਚਰ ਬੜੀ ਸਟਰੋਂਗ ਜਿਹੀ ਬਣਾਈ ਹੋਈ ਹੈ। ਸਿੱਖ ਤਾਂ ਸਾਰੇ ਦੇ ਬੈਸਟ ਫਰੈਂਡ ਹੁੰਦੇ ਨੇ ਤੇ ਹੈਲਪਫੁਲ ਵੀ ਹੁੰਦੇ ਨੇ ਤੇ ਨੀਡੀ ਪੀਪਲ ਦੀ ਹਮੇਸ਼ਾ ਹੈਲਪ ਕਰਨ ਲਈ ਰੈਡੀ ਰਹਿੰਦੇ ਨੇ। ਗੱਲ ਤਾਂ ਤੇਰੀ ਠੀਕ ਹੈ। ਸਿੱਖ ਨੀਡੀ ਪਰਸਨ ਦੀ ਹੈਲਪ ਕਰਨ ਲਈ ਹਮੇਸ਼ਾ ਰੈਡੀ ਰਹਿੰਦੇ ਹਨ ਤੇ ਜਿੱਥੇ ਹੈਲਪ ਦੀ ਗੱਲ ਹੈ ਸਿੱਖ ਤਾਂ ਧਰਮ ਵੀ ਨਹੀਂ ਦੇਖਦੇ ਤੇ ਜਿੱਥੇ ਪ੍ਰੋਬਲਮ ਆ ਜਾਏ ਸਿੱਖ ਉੱਥੇ ਸੌਟ ਆਊਟ ਕਰਦੇ ਦਿਖਾਈ ਦਿੰਦੇ ਹਨ। पर मैम जो सिक्खा ना कोई तक्का होए मतलब जो सिक्खा नु कोई बिना मतलब परेशान करे तो सिख डरदा नहीं सिख जुल्म अगेंस्ट आवाज उठांदा है क्योंकि गुरु साहिब कहंदे हन चूकार अज हमा हीर ते दरगुश्त हलाल अस बुर्दन ब शमशीर दस्त मेहरजोत तुसी तो इन्हें टफ वर्ड्स किद्दां याद कर लैंदे हो ਮੈਮ ਅਸੀਂ ਯਾਦ ਨਹੀਂ ਕਰਦੇ ਸਾਡੇ ਬੀਜੀ ਦਾ ਆਰਡਰ ਹੈ ਕਿ ਰੋਜ਼ ਇਸ਼ਨਾਨ ਕਰਦੇ ਵਕਤ ਤੇ ਕੰੰਗੀ ਕਰਦੇ ਵਕਤ ਗੱਲਾਂ ਨਹੀਂ ਕਰਨੀਆਂ ਹਮੇਸ਼ਾ ਸਿੱਖ ਇਤਿਹਾਸ ਸਿੱਖ ਰਤ ਮਰਿਆਦਾ ਤੇ ਗੁਰਬਾਣੀ ਦੇ ਵਿਚਾਰ ਕਰਨੇ ਹਨ ਤੇ ਮੇਰਾ ਅੱਜ ਦਾ ਟਾਪਿਕ ਹੀ ਸਿੱਖ ਰਾਜ ਹੈ ਸਿੱਖ ਰਾਜ ਇਹ ਵੀ ਹੋਇਆ ਹੈ ਹਾਂਜੀ ਮੈਮ ਸਿੱਖ ਰਾਜ ਨਹੀਂ ਸੇਵਾ ਵਿੱਚ ਵਿਸ਼ਵਾਸ ਰੱਖਦਾ ਹੈ ਸਿੱਖ ਰਾਜ ਤੇ ਸੇਵਾ ਇਹ ਦੋਨੋਂ ਇਕੱਠੇ ਕਿਵੇਂ ਮੈਂ ਦੱਸਦੀ ਆ ਮੈਂ ਦੱਸਦੀ ਆ ਮੈਂ ਦੱਸਦੀ ਆ ਇੱਕ ਇੱਕ ਕਰਕੇ ਦੱਸੋ ਲੜਾਈ اور ਅਸੀਂ ਕਰਦੇ ਵੀ ਸੀ ਮੈਮ ਨਵਾਬ ਕਪੂਰ ਸਿੰਘ ਨਵਾਬੀ ਵੀ ਕਰਦਾ ਸੀ ਤਿਹਾੜ ਦਾ ਸਟੇਬਲ ਵੀ ਸਾਫ ਕਰਦਾ ਸੀ ਕਿ ਤੁਸੀਂ ਸੋਚ ਸਕਦੇ ਹੋ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ 6 ਇਅਰ ਰਾਜ ਕੀਤਾ ਤੇ ਥੋੜੇ ਜੇ ਸਮੇਂ ਕਿਰਤਾਂ ਲਈ ਬਹੁਤ ਸਾਰੀਆਂ ਪਾਲਿਸੀਜ਼ ਲਾਂਚ ਕੀਤੀਆਂ ਉਹ ਹਰ ਇੱਕ ਇਨਸਾਨ ਖੁਸ਼ੀ ਸੀ ਜਿਹੜਾ ਕਿਰਤ ਕਰਦਾ ਸੀ ਕਿ ਉਹਨੂੰ ਆਪਣੇ ਹਾਰਡ ਵਰਕ ਦਾ ਬੈਕ ਰਿਟਰਨ ਮਿਲਦਾ ਹੈ ਮਤਲਬ ਉਹ ਹਰ ਇਨਸਾਨ ਖੁਸ਼ ਸੀ ਜਿੰਨੂੰ ਦੋ ਸਮੇ ਦੀ ਰੋਟੀ ਸੋਹਣੇ ਖਾਨ ਨੂੰ ਮਿਲਦੀ ਸੀ ਅੱਛਾ ਤੁਹਾਡੇ ਕਹਿੰਦਾ ਮਤਲਬ ਸਿੱਖ ਰਾਜ ਵਿੱਚ ਸਾਰੇ ਖੁਸ਼ ਸਨ ਹਾਂਜੀ ਹਾਂਜੀ ਮੈਮ ਹੁਣ ਤੁਹਾਨੂੰ ਮੈਂ ਦੱਸਦੀ ਹਾਂ ਮਹਾਰਾਜਾ ਰਣਜੀਤ ਸਿੰਘ ਜੀ ਨੇ ਖਾਲਸਾ ਰਾਜ ਸਟੈਬਲਿਸ਼ ਕੀਤਾ ਤੇ ਉਹ ਲੋਕਾਂ ਦਾ ਆਪਣਾ ਹੀ ਰਾਜ ਸੀ ਕਿਸੇ ਵੀ ਧਰਮ ਜਾਂ ਜਾਤ ਦੇ ਲੋਕਾਂ ਨਾਲ ਪੇਤ ਪਾਣੀ ਹੁੰਦਾ ਸੀ ਐਕਚੁਅਲੀ ਤਾਂ ਮਹਾਰਾਜਾ ਰਣਜੀਤ ਸਿੰਘ ਰੂਲਰ ਕਟ ਦੇ ਸੇਵਕ ਜਦਾਸਨ ਗਲਤੀ ਤਾਂ ਕਿਸੇ ਕੋਲ ਵੀ ਹੋ ਸਕਦੀ ਹੈ ਭਾਵੇਂ ਜਿੰਨਾ ਮਰਜ਼ੀ ਸਿਆਣਾ ਹੋਵੇ ਇੱਕ ਵਾਰ ਜਥੇਦਾਰ ਅਕਾਲੀ ਫੁੱਲਾ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਅਕਾਤਖ ਸਾਇਬ ਬੁਲਾ ਕੇ ਪੇਸ਼ ਕੀਤਾ ਤੇ ਸਜ਼ਾ ਲਗਾਈ ਤੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਸਿਰ ਮੱਥੇ ਪਰਵਾਣ ਵੀ ਕੀਤੀ ਅੱਛਾ ਇਸ ਦਾ ਮਤਲਬ ਸਿੱਖਿਜ਼ਮ all religions are equal the believe ਕਰਦਾ ਹੈ ਹਾਂਜੀ ਮੈਮ ਕਰਨਾ ਤਾਂ ਪੈਣਾ ਹੀ ਹੈ ਕਿਉਂਕਿ ਗੁਰੂ ਸਾਹਿਬ ਕਹਿੰਦੇ ਹਨ ਕੋਈ ਬੋਲੇ RAM RAM ਕੋਈ ਖੁਦਾਏ ਕੋਈ ਸੇਵ ਗੁਸਈਆ ਕੋਈ ਅਲਾਹੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤ